ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਨਾਮ ਸਿੰਘ। ਹੁਣ ਤਾਂ ਦੇਖੋ 5-7 ਮਿੰਟ ਪਹਿਲਾਂ ਜਿਵੇਂ ਤੁਹਾਨੂੰ ਵੀਡੀਓ ਪਾਇਆ ਸੀਗਾ, ਜਿਹੜੇ ਮੁੰਡੇ ਗੁਰਦਾਸਪੁਰ ਦਾ, ਇੱਕ ਹੋਰ ਭਾਈ ਸਾਹਿਬ ਆ ਗਏ ਆ, ਅਤੇ ਮੈਂ ਉਸ ਭਾਈ ਸਾਹਿਬ ਨੂੰ ਤੁਹਾਨੂੰ ਮਿਲਾਉਣ ਲੱਗਾ ਜੀ। ਬਹੁਤ ਬਹੁਤ ਧੰਨਵਾਦ ਕਿ ਲੈ ਬਈ ਦਿਹਾੜੀ 'ਚ ਘੱਟੋ ਘੱਟੋ ਨਹੀਂ ਅਤੇ 30-40 ਬੰਦੇ ਜਿਹੜੇ ਆ ਰਹੇ ਆ ਮੇਰੇ ਕੋਲ, ਤਾਂ ਸਾਰੇ ਬੰਦੇ ਕਹਿੰਦੇ ਸਤਨਾਮ ਭਾਅ ਜੀ ਮਸ਼ੀਨਾਂ ਦੀ ਤਾਂ ਕੋਈ ਗੱਲ ਨਹੀਂ, ਮੇਰੀ ਵੀਡੀਓ ਵੀ ਬਣਾ ਦਿਉ, ਮੇਰੀ ਵੀਡੀਓ ਉੱਤੇ ਇਹ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ। ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇੰਨਾ ਸਾਰਾ ਮੈਨੂੰ ਅੱਜ ਪਿਆਰ ਮਿਲਣ ਲੱਗੇ ਹੈ, ਅਤੇ ਉਸ ਹਸਤੀ ਨੂੰ ਵੀ ਮੈਂ ਹੁਣ ਤੁਹਾਨੂੰ 2 ਮਿੰਟ ਬਾਅਦ ਮਿਲਾਉਣ ਲੱਗਾ ਜਿਹੜੇ ਉਹ ਭਾਈ ਸਾਹਿਬ ਆਏ ਆ, ਅਤੇ ਆ ਜਾਓ ਆਪਾਂ ਉਸ ਭਾਈ ਸਾਹਿਬ ਨੂੰ ਮਿਲਦੇ। ਭਾਈ ਸਤਿ ਸ਼੍ਰੀ ਅਕਾਲ ਜੀ। ਇਹੀ ਬੰਦਾ ਜੀ, ਇਹਨਾਂ ਘੱਟੋ ਘੱਟ 1.5 ਘੰਟਾ ਹੋ ਗਿਆ ਭਾਈ ਸਾਹਿਬ ਮੈਨੂੰ ਵੇਟ ਕਰਦੇ ਰਿਹਾ, ਅਤੇ ਭਾਈ ਸਤਿ ਸ਼੍ਰੀ ਅਕਾਲ ਕਰਦਾ ਇੱਕ ਵਾਰੀ ਹੋਰ ਤੁਹਾਨੂੰ, ਅਤੇ ਮਸ਼ੀਨ ਲੈ ਲਈ ਤੁਸੀਂ ਜੀ? ਕਿਵੇਂ ਫੀਲ ਹੋ ਰਿਹਾ ਅੱਜ ਆ ਕੇ ਸਾਡੇ ਕੋਲ? ਕੀ ਕਹਿਣਾ ਚਾਹੁੰਦੇ? ਜਿਹੜੀਆਂ ਮੇਰੀਆਂ ਭੈਣਾਂ ਦੇਖ ਰਹੀਆਂ ਵੀਡੀਓ, ਮੇਰੇ ਭਰਾ ਦੇਖ ਰਿਹਾ, ਇਹ ਜਿਹੜੀ ਇਸ ਟਾਈਮ ਲਾਈਵ ਚੱਲ ਰਿਹਾ ਪੂਰੇ ਵਰਲਡ 'ਚ ਚੱਲ ਰਿਹਾ ਜੀ ਇਸ ਟਾਈਮ, ਔਰ ਇੰਨਾ ਸਾਰਾ ਮੈਨੂੰ ਹੁਣ ਪਿਆਰ ਮਿਲਣ ਲੱਗਾ ਨਾ। ਕੱਲ੍ਹ ਘੱਟੋ ਘੱਟੋ ਨਹੀਂ ਅਤੇ ਸਿੰਗਾਪੁਰ ਤੋਂ ਫੋਨ ਆਇਆ ਜੀ, ਦੁਬਈ ਤੋਂ ਫੋਨ ਆਇਆ, ਇਟਲੀ ਤੋਂ ਫੋਨ ਆਇਆ, ਮੈਸੇਜ ਆ ਗਏ ਕਿ ਸਤਨਾਮ ਭਾਅ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਚਲੋ ਤੁਸੀਂ ਤਾਂ ਇੰਨਾ ਸਾਰਾ ਆਪਣੇ ਪੰਜਾਬ ਵਿੱਚ ਇੰਨਾ ਪਿਆਰ ਮੈਨੂੰ ਮਿਲ ਰਿਹਾ, ਅਤੇ ਸਾਰੇ ਮੇਰੇ ਦੋਸਤ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਇਹੀ ਕਹਿਣਾ ਚਾਹੁੰਦਾ ਵੀ ਜੋ ਵੀ ਕਿਸੇ ਨੂੰ ਕਿਸੇ ਚੀਜ਼ ਦੀ ਮਸ਼ੀਨ ਵਗੈਰਾ ਦੀ ਲੋੜ ਆ, ਬਿਲਕੁਲ ਜੀ ਬਿਲਕੁਲ, ਉਹ ਇੱਥੇ ਜ਼ਰੂਰ ਪਹੁੰਚੋ। ਸਾਡੇ ਮੇਰੇ ਮਨ ਨੂੰ ਪੂਰੀ ਸੰਤੁਸ਼ਟੀ ਆ, ਮੈਂ ਇੱਥੋਂ 100 ਕਿਲੋਮੀਟਰ ਤੋਂ ਆਇਆ ਜੀ। ਭਾਈ ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਬਰਨਾਲੇ ਤੋਂ ਆਇਆ ਜੀ। ਅੱਛਾ ਅੱਛਾ ਅੱਛਾ, ਜਾਣੀ ਮੇਰੇ ਮਨ ਨੂੰ ਪੂਰੀ ਸੰਤੁਸ਼ਟੀ ਆ ਜੀ, ਤੇ ਅੱਜ ਤੋਂ ਖੁਸ਼ ਹੋ ਕੇ ਜਾ ਰਿਹਾ ਜੀ। ਲਓ ਜੀ ਲਓ ਦੋਸਤੋ, ਦੇਖੋ ਜੀ ਮੈਂ ਕਹਿੰਦਾ ਧੰਨਵਾਦ ਤੁਹਾਨੂੰ ਸਾਰੇ ਨੂੰ ਕਿ ਇੰਨਾ ਸਾਰਾ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ, ਅਤੇ ਅੱਜ ਭਾਜੀ ਦੇਖੋ ਆ ਕੇ ਕਿੰਨੀਆਂ ਸਾਰੀਆਂ ਗੱਲਾਂ ਕਰ ਰਿਹਾ ਹੈਗਾ। ਅੱਗੇ ਹੋਰ ਜਿਹੜੇ ਮੇਰੀਆਂ ਭੈਣਾਂ ਦੇਖ ਰਿਹਾ ਵੀਡੀਓ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹੀ ਕਹਿਣਾ ਚਾਹੁੰਦਾ ਵੀ ਜੋ ਵੀ ਸਿਲਾਈ ਦਾ ਕੰਮ ਭੈਣਾਂ ਘਰੇ ਕਰਦੀਆਂ ਨੇ, ਬਿਲਕੁਲ ਜੀ ਬਿਲਕੁਲ, ਜਿਨ੍ਹਾਂ ਨੂੰ ਕੋਈ ਮਸ਼ੀਨ ਦੀ ਲੋੜ ਆ ਬਹੁਤ ਰੀਜਨੇਬਲ ਰੇਟ ਤੇ ਮਿਲਦੀਆਂ ਨੇ ਮਸ਼ੀਨਾਂ ਜੀ। ਬਿਲਕੁਲ ਜੀ ਬਿਲਕੁਲ, ਇੱਥੇ ਪਹੁੰਚੋ ਜਿਸ ਤਰ੍ਹਾਂ ਦੀ ਮਸ਼ੀਨ ਤੁਹਾਨੂੰ ਲੋੜ ਆ ਉਸ ਤਰ੍ਹਾਂ ਦੀ ਮਿਲੂ, ਬਿਲਕੁਲ ਘੱਟ ਬਜਟ ਦੀ ਮਿਲਣਗੀਆਂ ਜੀ। ਬਿਲਕੁਲ ਭਾਜੀ ਬਿਲਕੁਲ, ਵਧੀਆ ਮਸ਼ੀਨਾਂ ਮਿਲਣਗੀਆਂ। ਬਿਲਕੁਲ ਜੀ ਬਿਲਕੁਲ, ਅੱਜ ਜਿਵੇਂ ਤੁਹਾਨੂੰ ਹਣੀ ਬਾਬਾ ਨੇ ਤੁਹਾਨੂੰ ਗਾਈਡ ਕੀਤਾ, ਸਾਡੇ ਮਕੈਨਿਕ ਕਿਵੇਂ, ਉਹ ਮੁੰਡਾ ਕਿਵੇਂ ਲੱਗਿਆ ਜੀ? ਵੱਲੇ ਵੱਲੇ ਆ ਤੇ ਭਾਜੀ ਸਤਿ ਸ਼੍ਰੀ ਅਕਾਲ। ਅੱਗੇ ਘੱਟ ਟਾਈਮ ਬਹੁਤ ਘੱਟ ਹੈ, ਅਤੇ ਧੰਨਵਾਦ ਤੁਸੀਂ ਆਏ ਹੋ, ਅਤੇ ਇੱਕ ਵਾਰੀ ਸਾਡੇ ਜਿਹੜਾ ਹਣੀ ਬਾਬਾ, ਹਣੀ ਬਾਬਾ ਜੀ ਇਹ ਭਾਈ ਸਾਹਿਬ ਨੂੰ ਕਰਾਤੀ ਤਸੱਲੀ ਤੁਸੀਂ? ਐਨ ਓਕੇ ਕਰਾਤੀ ਹੈ ਨਾ? ਲੋ ਬਈ ਦੋਸਤੋ ਤੁਸੀਂ ਵੀ ਆਓ, ਅਤੇ ਤੁਸੀਂ ਵੀ ਇਵੇਂ ਆ ਕੇ ਮੈਨੂੰ ਮਿਲੋ। ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਲੁਧਿਆਣੇ ਵਾਲਾ, ਇੱਕ ਉਂਗਲ ਵਾਲਾ, ਅਤੇ ਇਵੇਂ ਲਾਈਕ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਕੀ ਕਹਿੰਦੇ ਪੁੱਤਰ ਜੀ? ਇੱਕ ਵਾਰੀ ਹੋਰ ਇੱਕ ਭਾਈ ਸਾਹਿਬ ਨੂੰ ਮੈਂ ਤੁਹਾਨੂੰ ਮਿਲਾਉਣ ਲੱਗਾ ਜੀ, ਜਿਹੜੇ ਉਹ ਭਾਈ ਸਾਹਿਬ ਕਹਿੰਦਾ ਮੇਰੀ ਵੀ ਇੱਕ ਵਾਰੀ ਲੈ ਲਓ, ਅਤੇ ਆ ਜਾਓ ਜੀ ਉਸ ਬੰਦੇ ਨੂੰ ਮੈਂ ਮਿਲਾਉਣ ਲੱਗਾ ਜੀ ਤੁਹਾਨੂੰ। ਪੁੱਤਰ ਜੀ ਸਤਿ ਸ਼੍ਰੀ ਅਕਾਲ, ਕਿਹੜੀ ਜਗ੍ਹਾ ਤਾਂ ਆਏ ਪੁੱਤਰ ਜੀ? ਕੀ ਕਹਿਣਾ ਚਾਹੁੰਦੇ ਅੱਜ ਦਾ ਜਿਹੜੇ ਨੌਜਵਾਨ ਜਿਹੜੇ ਜਿਹੜੀ ਅੱਜ ਤੁਸੀਂ ਵੀਡੀਓ ਦੇਖ ਕੇ ਆਏ ਹੋ, ਔਰ ਪਿਆਰ ਤਾਂ ਬਹੁਤ ਸਾਰਾ ਤੁਸੀਂ ਦੇ ਰਹੇ ਹੋ, ਲਾਈਕ ਵੀ ਕਰਦੇ, ਸਬਸਕ੍ਰਾਈਬ ਵੀ ਕਰਦੇ ਹੋ, ਕਿਵੇਂ ਫੀਲ ਹੋ ਰਿਹਾ ਤੁਹਾਨੂੰ? ਵਧੀਆ ਭਾਈ। ਅੱਗੇ ਕੀ ਕਹਿਣਾ ਚਾਹੁੰਦੇ ਜਿੰਨੇ ਵੀ ਆ ਮੇਰੀਆਂ ਭੈਣਾਂ ਮੇਰੇ ਭਰਾ ਦੇਖ ਰਿਹਾ ਵੀਡੀਓ? ਬਿਲਕੁਲ ਜੀ ਬਿਲਕੁਲ ਬਿਲਕੁਲ, ਬਿਲਕੁਲ ਜੀ ਬਿਲਕੁਲ 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 ਬਿਲਕੁਲ, ਉਹਦੇ ਨਾਲ ਨਾਲ ਜਿਵੇਂ ਮੈਂ ਤੁਹਾਡਾ ਆਪਣਾ ਭਰਾ ਜਿਹੜਾ ਇੱਕ ਉਂਗਲ ਦਾ ਭਾਰ ਚੱਕਿਆ ਜੀ, ਅੱਗੇ ਲਾਈਕ ਲੂਕ ਕਰਦੇ ਕਿ ਨਹੀਂ ਕਰਦੇ ਹੋ? ਕਰਦੇ ਹੋ, ਬਾਕੀ ਲਾਈਕ ਵੀ ਕਰਿਆ ਕਰੋ, ਨਾਲੇ ਤੁਸੀਂ ਵੀ ਵਧੀਆ ਕੰਮ ਕਰਿਆ ਕਰੋ, ਔਰ ਜਿਹੜੇ ਆਪਣੇ ਤੁਹਾਡੇ ਸ਼ਹਿਰ 'ਚ ਚਾਹੇ ਪਿੰਡ 'ਚ ਜਿੰਨੇ ਵੀ ਬੱਚੇ ਹੈਗੇ ਉਹਨਾਂ ਨੂੰ ਆਪਾਂ ਵਧੀਆ ਗਾਈਡ ਕਰਨਾ ਕਿ ਲੈਵੇ ਬੱਚੇ ਨਸ਼ੇ ਤੋਂ ਦੂਰ ਰਹੋ, ਔਰ ਆਪਣੇ ਪੰਜਾਬ ਵਾਸਤੇ ਵਧੀਆ ਕੰਮ ਕਰੋ, ਕਿ ਜਿੰਨੇ
ਜਿੰਨਾ ਵੀ ਆਪਾਂ ਕਰ ਸਕਦੇ ਉਸ ਚੀਜ਼ ਨੂੰ ਸੁਧਾਰਨਾ ਹੈ। ਜਿਹੜੇ ਬੱਚੇ ਨਸ਼ੇ ਵੱਲ ਜਾ ਰਹੇ ਹੈਗਾ ਨਾ, ਉਹਨਾਂ ਨੂੰ ਆਪਾਂ ਸੁਧਾਰਨਾ ਹੈ। ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਲਈ? ਦੂਰ ਰਹੋ, ਕੰਮ ਕਰ, ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ। ਲੋ ਵੀ ਦੋਸਤੋ, ਜਿਹਨੇ ਵੀ ਤੁਸੀਂ ਮੇਰੇ ਛੋਟੇ ਵੀਰ ਦੇਖ ਰਹੇ ਹੋ, ਚਾਹੇ ਵੱਡੇ ਦੇਖ ਰਹੇ ਹੋ, ਮੇਰੀਆਂ ਭੈਣਾਂ ਦੇਖ ਰਹੇ ਹੋ, ਇੱਕ ਵਾਰੀ ਹੋਰ ਤੁਹਾਨੂੰ ਮੈਂ ਸਤਨਾਮ ਸਿੰਘ ਜਿਹੜਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਨਸ਼ੇ ਤੋਂ ਦੂਰ ਰਹੋ। ਔਰ ਜੇ ਘੱਟ ਪੈਸੇ ਵੀ ਤਾਂ ਤੁਸੀਂ ਚਾਹੁੰਦੇ ਕਿ ਮੈਂ ਆਪਣਾ ਬਿਜ਼ਨਸ ਕਰੋਂਗੇ, ਤਾਂ ਮੇਰੇ ਕੋਲ ਆਓ, 10-12 ਹਜ਼ਾਰ 'ਚ ਸਿਲਾਈ ਮਸ਼ੀਨ ਦੇ ਦਾਂਗਾ। ਔਰ ਸਿਲਾਈ ਮਸ਼ੀਨ ਲਈ ਆ ਕੇ ਤੁਸੀਂ ਰੁਪਈਆ ਘੱਟੋ ਘੱਟੋ ਨਹੀਂ ਤਾਂ 30-40 ਹਜ਼ਾਰ ਰੁਪਇਆ ਮੇਰੇ ਨਾਲ ਕਮਾ ਸਕਦੇ ਹੋ। ਕੰਮ ਕਰੋ, ਵਧੀਆ ਕਰੋ, ਔਰ ਆਪਣੇ ਪੰਜਾਬ ਦੇ ਨਾਮ ਉੱਚਾ ਕਰੋ। ਅਤੇ ਸਾਰੀਆਂ ਮੇਰੀਆਂ ਭੈਣਾਂ ਨੂੰ, ਮੇਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।